26 ਤਰੀਕ ਨੂੰ ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਅੰਦੋਲਨ ਨੂੰ 6 ਮਹੀਨੇ ਹੋ ਜਣੇ 26 ਦੇ ਵਿਰੋਧ ਨੂੰ ਪੂਰਾ ਪੰਜਾਬ ਦੇ ਵਿੱਚ ਪਿੰਡਾਂ ਵਿੱਚ ਮਾਰਚ ਕਰਕੇ ਮੋਦੀ ਸਰਕਾਰ ਦੇ ਅਰਥੀ ਫੂਕ ਮਜਾਰੇ ਕੀਤੇ ਜਾਣਗੇ ਔਰ ਲੋਕਾਂ ਨੂੰ ਕਿਸਾਨ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਲਈ ਜੜਾ ਵਾ ਆਹਵਾਨ ਕੀਤਾ ਜਾਊਗਾ ਦਿੱਲੀ ਦੀਆਂ ਤਿਆਰੀਆਂ ਅੰਮ੍ਰਿਤਸਰ ਜ਼ਿਲ੍ਹਾ ਜਾਂ ਹੋਰਨਾਂ ਜ਼ਿਲ੍ਹਿਆਂ ਦੇ ਜਿੱਥੇ ਤੇ ਉਹਨਾਂ ਦੀਆਂ ਡੇਟਾ ਨੇ ਤਿਆਰੀਆਂ ਕਰਵਾਈਆਂ ਜਾਣਗੀਆਂ ਕਿਸਾਨ ਮਜ਼ਦੂਰ ਸ਼ਕਤੀ ਕਮੇਟੀ ਪੰਜੀ 26 ਨੂੰ ਇਹ ਤਾਂ 27 ਨੂੰ ਟਰੈਕਟਰਾਂ ਤੇ ਵੀ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਇਹਨਾਂ ਗੱਲਾਂ ਨਹੀਂ ਅਵੇਅਰ ਕਰੂਗੀ ਵੀ ਸਰਕਾਰ ਕਿਸ ਕਿਸਮ ਦੇ ਕਰੋਨਾ ਦੀ ਆੜ ਵਿੱਚ ਔਰ ਜਿਵੇਂ ਦਿੱਲੀ ਮੋਰਚੇ ਦੇ ਵਿੱਚ ਜੋ ਕੁਝ ਉਹਨਾਂ ਨਾਲ ਗੱਲਬਾਤ ਨਾ ਕਰਕੇ ਜਿਸ ਕਿਸਮ ਦੀਆਂ ਕਠਿਨਾਈਆਂ ਆ ਰਹੀਆਂ ਨੇ ਔਰ ਜਿਵੇਂ ਦਿੱਲੀ ਮੋਰਚੇ ਦੀਆਂ ਮੰਗਾਂ ਮੰਨਲ ਨਾ ਮੰਨ ਲਈ ਬਜਿੱਦ ਹੋਈ ਖੜੀ ਆ ਮੋਦੀ ਸਰਕਾਰ ਤੇ ਲੰਮਾ ਚੱਲਣਾ ਮੋਰਚਾ ਫੋਰਸ ਮੋਰਚੇ ਦੀ ਤਿਆਰੀ ਲਈ ਜਿਹੜਾ ਵਾ ਇਹ ਪ੍ਰੋਗਰਾਮ ਲਿਖਿਆ ਜਾਊਗਾ ਇਹਦੇ ਨਾਲ ਨਾਲ ਜਿਹੜਾ ਹਰਿਆਣੇ ਦੇ ਕਿਸਾਨਾਂ ਨੇ हिसार ਦੇ ਵਿੱਚ ਅੱਜ ਉੱਥੇ ਪ੍ਰਦਰਸ਼ਨ ਕਰਨਾ ਵਾ ਜਿਹੜੀ ਉੱਥੋਂ ਦੀ ਸਰਕਾਰ ਮੰਨੀ ਸੀ ਵੀ ਕੇਸ ਵਾਪਸ ਲਾਂਗੇ ਠੀਕ ਹੈ ਜੀ ਇਹ ਤੋਂ ਗਾਹ ਜਿਹੜੇ ਦੋਸ਼ੀ ਅਧਿਕਾਰੀ ਉਹਨਾਂ ਖਿਲਾਫ ਕਾਰਵਾਈ ਹੋਊ ਤੇ ਅੱਜ ਜਿਸ ਵਿਆਪਕ ਪੱਧਰ ਤੇ ਫੋਰਸ ਲਾਈ ਗਈ ਆ ਔਰ ਕੁਝ ਕਿਸਾਨਾਂ ਕਦੇ ਛਾਪੇਮਾਰੀ ਦੀ ਵੀ ਖਬਰ ਆ ਰਹੀ ਆ ਤਾਂ ਇਹ ਲੋਕਤੰਤ੍ਰਿਕ ਤਰੀਕੇ ਨਾਲ ਜਿਹੜਾ ਡੈਮੋਕਰੇਸੀ 'ਚ ਵਿਰੋਧ ਕਰਨ ਦਾ ਹੱਕ ਆ ਉਹਨੂੰ ਹੱਕ ਨੂੰ ਕੁਚਲਣ ਵਾਲੀ ਗੱਲ ਆ ਤਾਂ ਅਸੀਂ ਖੱਟਰ ਸਾਹਿਬ ਨੂੰ ਵਾਰਨਿੰਗ ਦਿੰਨੇ ਆਂ ਵੀ ਕੁਝ ਵੀ ਜਿਹਾ ਕੀਤਾ ਤਾ ਉਹਨੂੰ ਦੇਸ਼ ਦੇ ਕਿਸਾਨ ਮਜ਼ਦੂਰ ਚੈਨ ਸੌਨ ਨਹੀਂ ਦੇਣਗੇ ਸਮਝ ਕੇ ਕਰਿਓ ਜਿਹੜਾ ਮੁੱਖ ਮੰਤਰੀ ਪੰਜਾਬ ਬਿਆਨ ਦੇ ਰਹੇ ਨੇ ਵੀ ਕਿਸਾਨ ਜਿਹੜਾ ਅੰਦੋਲਨ ਘੱਟ ਕਰ ਲੈਣ ਅਸੀਂ ਕਿਸਾਨਾਂ ਦੇ ਸਹਿਯੋਗੀ ਆਂ ਮੁੱਖ ਮੰਤਰੀ ਸਾਹਿਬ ਸਹਿਯੋਗ ਨਹੀਂ ਥੋੜਾ ਇਸ ਵੇਲੇ ਹੈਗਾ ਕੋਰੋਨਾ ਦੀ ਆੜ ਵਿੱਚ ਅੰਦੋਲਨ ਨੂੰ ਖਤਮ ਕਰਨਾ ਕਾਰਪੋਰੇਟ ਦੇ ਹੱਕ ਚ ਭੁੱਦਣਾ ਅਸਿੱਧੇ ਰੂਪ ਮੋਦੀ ਸਰਕਾਰ ਦੀ ਮਤ ਕਰਨ ਵਾਲੀਆਂ ਗੱਲਾਂ ਨੇ ਠੀਕਾ ਜੇ ਤੁਹਾਨੂੰ ਲੱਗਦਾ ਕੋਈ ਵੀ ਜਥੇਬੰਦੀ ਨੇ ਆਪਣਾ ਪ੍ਰੋਗਰਾਮ ਲਿਖਿਆ ਉਹਨੂੰ ਕਰਨ ਦਾ ਹੱਕ ਹੈਗਾ ਵਾ ਸੋ ਇਸ ਕਰਕੇ ਮੁੱਖ ਮੰਤਰੀ ਪੰਜਾਬ ਦਾ ਦੋਰਾ ਚੇੜਾ ਵੀ ਨੰਗਾ ਹੋਇਆ ਉਹ ਪੰਜਾਬ ਦੇ ਲੋਕਾਂ ਨਾਲ ਕਿਸੇ ਵੀ ਕਿਸਮ ਦੇ ਕੀਤੇ ਵਾਦੇ ਪੂਰੇ ਕਰਨ ਦੇ ਵਿੱਚ ਹਰੇ ਦੋਗਾ ਕਰੋਨਾ ਨਾਲ ਨਿਭਣ ਦੇ ਵਿੱਚ ناکਾਮਜਾਬ ਰਹੇ ਉਹਦਾ ਦੋਸ਼ ਕਿਸਾਨਾਂ ਤੇ ਮੜ ਰਹੇ ਨੇ ਉਹਦੇ ਇੱਕ ਤਿਰਪਰਜਿੰਦਰ ਬਾਜਵਾ ਮੰਤਰੀ ਨੇ ਕਿਹਾ ਵੀ ਕਿਸਾਨ ਕਰੋਲਾ ਕਰੋਨਾ ਫਲਾ ਰਹੇ ਜਦੋਂ ਉਹ ਤੋਂ ਬਾਅਦ ਭੱਜ ਗਏ ਸੋ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਊਗਾ ਉਹਦੀ ਤਿਆਰੀ ਜਿਹੜੀ ਆ ਪੂਰੇ ਜ਼ੋਰਾਂ 'ਚ ਕੀਤੀ ਜਾਊਗੀ ਅੱਗੇ ਆਉਣ ਵਾਲੀ ਸੂਬਾ ਕੋਰ ਕਮੇਟੀ ਦੀ ਮੀਟਿੰਗ ਕਰਕੇ ਸਾਰੀਆਂ ਇਹ ਵਾਲੀ ਪਰਿਸਥਿਤੀਆਂ ਦਾ ਜਾਇਜ਼ਾ ਲਿਆ ਜਾਊਗਾ